ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਪੁਸ਼ਪਿੰਦਰ ਕੌਰ ਹੈ ਅਤੇ ਅੱਜ ਅਸੀਂ PSL ਪੰਜਾਬੀ ਰੀਡਰ ਦੇ 3A ਦੇ ਵਿੱਚ ਅਗਲਾ ਲੈਸਨ ਪੜ੍ਹਾਂਗੇ। ਅੱਜ ਅਸੀਂ ਲੈਸਨ ਨੰਬਰ 17 'ਤੇ ਹਾਂ, 17, ਅਤੇ ਇਹ ਪੇਜ ਨੰਬਰ 63, 63 ਨੰਬਰ ਪੇਜ 'ਤੇ ਸ਼ੁਰੂ ਹੋਏਗਾ। ਸੋ ਇਹ ਲੈਸਨ ਹੈਗਾ ਇੱਕ ਸਾਡੀ ਕਲਚਰਲ ਅਤੇ ਰਿਲੀਜੀਅਸ ਟ੍ਰੈਡੀਸ਼ਨ ਦੇ ਬਾਰੇ ਵਿੱਚ, ਅਤੇ ਗੁਰੂ ਦਾ ਲੰਗਰ ਜਾਂ ਗੁਰੂ ਕਾ ਲੰਗਰ ਵੀ ਇਹਨੂੰ ਕਹਿੰਦੇ ਹੈ। ਸੋ ਇੱਕ ਸਟੈਂਡਰਡ ਹੈਗਾ ਅਤੇ ਕਿ ਤੁਸੀਂ ਸਮਝੋਗੇ, ਤੁਸੀਂ ਪਛਾਣੋਗੇ ਕਿ ਅਸੀਂ ਕੋਈ ਕੰਮ ਕਿਉਂ ਕਰਦੇ ਹਾਂ ਅਤੇ ਇਹਦੇ ਰੋਲ ਕੀ ਸਾਡੀ ਕਮਿਊਨਿਟੀ ਦੇ ਵਿੱਚ ਇਹਦਾ ਹੁੰਦਾ, ਠੀਕ ਹੈ। ਸੋ ਦੈਟਸ ਯੂਅਰ ਸਟੈਂਡਰਡ, ਸਟੂਡੈਂਟਸ ਅੰਡਰਸਟੈਂਡ ਦਾ ਰੋਲ ਕਲਚਰਲ ਪ੍ਰੈਕਟਿਸਿਸ ਪਲੇ ਇਨ ਐਵਰੀ ਡੇ ਲਾਈਫ, ਠੀਕ ਹੈ। ਨੋ ਹੰਗਰ ਵਿਦ ਲੰਗਰ ਇਜ਼ ਏ ਮਾਟੋ ਆਫ ਦਾ ਸਿੱਖ ਔਰਗਨਾਈਜੇਸ਼ਨ ਦੈਟ ਆਰ ਸਰਵਿੰਗ ਲੰਗਰ ਆਲ ਓਵਰ ਦਾ ਵਰਲਡ। People are noticing who Sikhs are because of the langar tradition and service they provide. They spend thousands of dollars each week to feed hundreds and thousands of hungry and homeless people. Read the essay, copy it in your notebook. So, ek vari assi ikatthe padhange, fir tusi padhoge, tusi questions te answer deoge, fir tusi write karoge. ਅਤੇ ਲਿਖਣ ਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਲਿਖ ਰਹੇ ਹੋ ਤਾਂ ਨੈਚੁਰਲੀ ਤੁਸੀਂ ਪੜ੍ਹ ਵੀ ਰਹੇ ਹੋ ਦੁਬਾਰਾ, ਅਤੇ ਜਦੋਂ ਲਿਖੋਗੇ ਤੁਹਾਨੂੰ ਸਮਝ ਵੀ ਆਏਗੀ। ਸੋ ਉਹਦੇ ਨਾਲ ਤੁਹਾਡੀ ਲਿਖਤ ਵੀ ਬੈਟਰ ਹੋਏਗੀ, ਪੜ੍ਹਾਈ ਵੀ ਬੈਟਰ ਹੋਏਗੀ, ਤੁਹਾਨੂੰ ਸਮਝ ਵੀ ਪੰਜਾਬੀ ਦੀ ਆਉਣ ਲੱਗ ਜਾਏ, ਅਤੇ ਤੁਸੀਂ ਬੋਲੋਗੇ ਵੀ, ਕਿਉਂਕਿ ਤੁਸੀਂ ਪੜ੍ਹਦੇ ਜਦੋਂ ਪੜ੍ਹਦੇ ਹੋ ਤਾਂ ਲਿਖਦੇ ਹੋ ਤਾਂ ਬੋਲਦੇ ਵੀ ਹੋ, ਠੀਕ ਹੈ। ਸੋ ਆਓ ਅਸੀਂ ਇਕੱਠੇ ਪੜ੍ਹੀਏ। ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਕਿਰਤ ਕਰਨੀ ਸਿਖਾਈ ਅਤੇ ਸਿੱਖਾਂ ਨੂੰ ਵੰਡ ਕੇ ਛਕਣਾ ਸਿਖਾਇਆ। ਜਦੋਂ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੇ ਪਿਤਾ ਨੇ 20 ਰੁਪਏ ਦੇ ਕੇ ਸੱਚਾ ਸੌਦਾ ਕਰਨ ਲਈ ਭੇਜਿਆ ਤਾਂ ਉਹਨਾਂ ਨੇ ਸਾਰੇ ਪੈਸੇ ਖਰਚ ਕੇ ਸਾਧੂਆਂ ਨੂੰ ਰੋਟੀ ਖਵਾ ਦਿੱਤੀ। ਸ਼ਾਇਦ ਉਦੋਂ ਹੀ ਗੁਰੂ ਕਾ ਲੰਗਰ ਸ਼ੁਰੂ ਹੋ ਗਿਆ। ਲੰਗਰ ਆਮ ਖਾਣਾ ਨਹੀਂ ਹੁੰਦਾ, ਲੰਗਰ ਬਣਾਉਣ ਵੇਲੇ ਨਾਮ ਸਿਮਰਨ ਕੀਤਾ ਜਾਂਦਾ ਹੈ ਅਤੇ ਬਾਣੀ ਪੜ੍ਹੀ ਜਾਂਦੀ ਹੈ, ਤਾਂ ਹੀ ਲੰਗਰ ਬਹੁਤ ਸਵਾਦ ਹੁੰਦਾ ਹੈ। ਜਦੋਂ ਅਸੀਂ ਲੰਗਰ ਛਕ ਰਹੇ ਹੁੰਦੇ ਹਾਂ ਤਾਂ ਇਸ ਤਰ੍ਹਾਂ ਫੀਲ ਹੁੰਦਾ ਹੈ ਕਿ ਅਸੀਂ ਸਭ ਇੱਕ ਪਰਿਵਾਰ ਦੇ ਮੈਂਬਰ ਹਾਂ ਅਤੇ ਸਾਡੀ ਇੱਕ ਵੱਡੀ ਰਸੋਈ ਜਾਂ ਕਿਚਨ ਹੈ। ਸਭ ਲੋਕ ਆਪਣੀ ਜ਼ਿੰਦਗੀ ਵਿੱਚ ਬਹੁਤ ਰੁੱਝੇ ਹੋਏ ਬਿਜ਼ੀ ਹਨ, ਪਰ ਸਿੱਖ ਭੁੱਖੇ ਅਤੇ ਗਰੀਬ ਲੋਕਾਂ ਦੀ ਲੰਗਰ ਨਾਲ ਸੇਵਾ ਕਰਦੇ ਹਨ। ਖਾਲਸਾ ਏਡ ਇੱਕ ਸਿੱਖ ਔਰਗਨਾਈਜੇਸ਼ਨ ਹੈ ਜੋ ਕਿ ਦੁਨੀਆ ਵਿੱਚ ਕਿਤੇ ਵੀ ਹੜ੍ਹ ਆਏ ਹੋਣ, ਟੁਰਨੇਡੋ ਆਏ ਹੋਣ, ਲੜਾਈ ਹੋ ਰਹੀ ਹੋਵੇ, ਉੱਥੇ ਜਾ ਕੇ ਲੰਗਰ ਛਕਾਉਂਦੇ ਹਨ। ਉਹ ਕਹਿੰਦੇ ਹਨ, ਨੋ ਹੰਗਰ ਵਿਦ ਲੰਗਰ, ਠੀਕ ਹੈ। ਸੋ ਇਹ ਛੋਟਾ ਜਿਹਾ ਐਸੇ, ਇਹਦੇ ਵਿੱਚ 160 ਵਰਡਸ ਹੈਗੇ ਨੇ। ਸੋ ਜਦੋਂ ਤੁਸੀਂ ਇਹ ਪੜ੍ਹੋਗੇ ਐਸੇ, ਤੁਹਾਨੂੰ ਮੇਬੀ 5 ਮਿੰਟ ਲੱਗਣੇ ਚਾਹੀਦੇ ਨੇ, ਠੀਕ ਹੈ, ਪੜ੍ਹਨ ਵਾਸਤੇ। ਅਤੇ ਤੁਸੀਂ ਇਸ ਐਸੇ ਨੂੰ 4-5-6 ਵਾਰੀ ਪੜ੍ਹਨਾ ਤਾਂ ਕਿ ਤੁਸੀਂ 5 ਮਿੰਟ ਤੋਂ ਘੱਟ ਟਾਈਮ 'ਚ ਪੜ੍ਹ ਸਕੋ। ਸੋ ਨਾ ਪ੍ਰੈਕਟਿਸ 17.2 ਪੰਜਾਬੀ ਕਲਚਰਲ ਟ੍ਰੈਡੀਸ਼ਨ ਗੁਰੂ ਦਾ ਲੰਗਰ। ਰਾਈਟ ਐਂਸਰਸ ਟੂ ਈਚ ਕੁਐਸਚਨ, ਪੂਰੇ ਸੈਂਟੈਂਸ ਵਿੱਚ ਲਿਖਣਾ ਅਸੀਂ, ਠੀਕ ਹੈ। ਲੰਗਰ ਕਦੋਂ ਸ਼ੁਰੂ ਹੋਇਆ? When did the tradition of langar begin? You remember we read ke jadon Guru Nanak Dev ji nu ohna de pita ji ne 20 rupaye ditte kehnde ja ke sachcha sauda karyo te oh ohna ne bhukhe sadhuan nu roti khwai, theek. So tusi is likh sakde ho jadon Guru Nanak Dev ji ne 20 rupaye naal sadhuan nu roti khwai us do to langar shuru ho gaya, theek hai. Itthe ek hor line draw kar lena tusi. ਲੰਗਰ ਸਵਾਦ ਕਿਉਂ ਬਣਦਾ ਹੈ? ਯੂ ਰਿਮੈਂਬਰ ਕਿ ਲੰਗਰ ਕਿਸ ਤਰ੍ਹਾਂ ਬਣਦਾ ਹੈ? ਲੰਗਰ ਜਦੋਂ ਪੜ੍ਹਦੇ ਹਾਂ ਉਸ ਵੇਲੇ ਸਿਮਰਨ ਕੀਤਾ ਜਾਂਦਾ ਅਤੇ ਬਾਣੀ ਪੜ੍ਹੀ ਜਾਂਦੀ ਹੈ। ਸੋ ਅਸੀਂ ਲਿਖ ਸਕਦੇ ਹਾਂ, ਲੰਗਰ ਬਣਾਉਣ ਵੇਲੇ ਨਾਮ ਸਿਮਰਨ ਕੀਤਾ ਜਾਂਦਾ ਹੈ ਅਤੇ ਬਾਣੀ ਪੜ੍ਹੀ ਜਾਂਦੀ ਹੈ, ਇਸ ਕਰਕੇ ਲੰਗਰ ਸਵਾਦ ਬਣਦਾ ਹੈ। ਜਦ ਅਸੀਂ ਲੰਗਰ ਛੱਕ ਰਹੇ ਹੁੰਦੇ ਹਾਂ ਤਾਂ ਕਿਸ ਤਰ੍ਹਾਂ ਫੀਲ ਹੁੰਦਾ ਹੈ? ਅਸੀਂ ਪਿੱਛੇ ਪੜ੍ਹਿਆ ਸੀ ਸੈਕਿੰਡ ਪੈਰਾਗ੍ਰਾਫ ਵਿੱਚ, ਜਦ ਅਸੀਂ ਲੰਗਰ ਛੱਕ ਰਹੇ ਹੁੰਦੇ ਹਾਂ, ਅਸੀਂ ਸੇਮ ਸ਼ਬਦ ਕਾਪੀ ਕਰ ਸਕਦੇ ਹਾਂ, ਤਾਂ ਇੰਜ ਇਸ ਤਰ੍ਹਾਂ ਫੀਲ ਹੁੰਦਾ ਕਿ ਅਸੀਂ ਸਭ ਇੱਕ ਪਰਿਵਾਰ ਦੇ ਮੈਂਬਰ ਹਾਂ, ਠੀਕ ਹੈ। ਸਿੱਖ ਲੋਕ ਭੁੱਖੇ ਅਤੇ ਗਰੀਬਾਂ ਦੀ ਸੇਵਾ ਕਿਵੇਂ ਕਰਦੇ ਹਨ? ਰਾਈਟ, ਸਿੱਖ ਲੋਕ ਭੁੱਖੇ ਅਤੇ ਗਰੀਬਾਂ ਦੀ ਲੰਗਰ ਨਾਲ ਸੇਵਾ ਕਰਦੇ ਹਨ। Trace these words in your best handwriting. So, ਇਹਦੇ ਨਾਲ ਤੁਹਾਡੀ ਹੈਂਡਰਾਈਟਿੰਗ ਵੀ ਇੰਪਰੂਵ ਹੋ ਜਾਏਗੀ, ਠੀਕ ਹੈ। ਲੰਗਰ ਆਮ ਖਾਣਾ ਨਹੀਂ ਹੁੰਦਾ, ਲੰਗਰ ਬਣਾਉਣ ਵੇਲੇ ਨਾਮ ਸਿਮਰਨ ਅਤੇ ਬਾਣੀ ਪੜ੍ਹੀ ਜਾਂਦੀ ਹੈ, ਤਾਂ ਹੀ ਲੰਗਰ ਸਵਾਦ ਹੁੰਦਾ ਹੈ।
ਸੋ ਹੁਣ ਤੁਸੀਂ ਹੋਮਵਰਕ ਕਰੋਗੇ। ਹੋਮਵਰਕ, ਕਾਪੀ ਦਾ ਲੰਗਰ ਐਸੇ ਫਰੋਮ ਪੇਜ 63 ਇਨ ਯੂਰ ਨੋਟਬੁੱਕ। ਠੀਕ ਹੈ, ਫਿਰ ਤੁਸੀਂ ਇਹਦੀ ਫੋਟੋ ਲੈ ਕੇ ਆਪਣੇ ਟੀਚਰ ਨੂੰ ਭੇਜ ਸਕਦੇ ਹੋ। ਇਸ ਐਸੇ ਨੂੰ ਜਦੋਂ ਤੁਸੀਂ ਪੜ੍ਹੋਗੇ ਉੱਚੀ, ਇਹਨੂੰ ਰਿਕਾਰਡ ਕਰਕੇ, ਵੋਇਸ ਕਰਕੇ ਜਾਂ ਵੀਡੀਓ ਕਰਕੇ ਤੁਸੀਂ ਆਪਣੇ ਟੀਚਰਸ ਨੂੰ ਭੇਜ ਸਕਦੇ ਹੋ। ਠੀਕ ਹੈ, ਥੈਂਕ ਯੂ ਸੋ ਮਚ ਫਾਰ ਵਰਕਿੰਗ ਵਿਦ ਮੀ ਟੂਡੇ ਐਂਡ ਆਈ ਹੋਪ ਯੂ ਵਿਲ ਕੰਟੀਨਿਊ ਟੂ ਲਰਨ ਪੰਜਾਬੀ 7 to 10 ਮਿੰਟਸ ਏ ਡੇ। 7 ਮਿੰਟਸ ਵਿੱਚ ਤੁਸੀਂ ਇੱਕ ਦੋ ਪੈਰਾਗ੍ਰਾਫ ਪੜ੍ਹ ਸਕਦੇ ਹੋ, ਦੋ ਤਿੰਨ ਲਾਈਨਾਂ ਲਿਖ ਸਕਦੇ ਹੋ ਅਤੇ ਪੰਜਾਬੀ ਬੋਲ ਸਕਦੇ ਹੋ, ਅਤੇ ਨਾਲੇ ਗੁਰਬਾਣੀ ਦੀਆਂ ਤੁਸੀਂ ਦੋ ਲਾਈਨਾਂ ਰੋਜ਼ ਯਾਦ ਕਰਨੀਆਂ। ਠੀਕ ਹੈ, ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।